ਬਾਕੀ ਨਹੀਂ ਚਾਹੀਏ, ਹਮ ਕੈਂਸਲ ਕਰਦੇ ਹੈਂ ਫਿਰ। ਕਿਉਂ ਤੁਸੀਂ ਐਂ ਕਰਦੇ ਹੋ? ਬਾਬਾ ਨੂੰ ਪਤਾ ਹੀ ਨਹੀਂ ਲੱਗਿਆ, ਬਾਬਾ ਨੂੰ ਪਤਾ ਹੀ ਨਹੀਂ ਲੱਗਿਆ। ਤੁਹਾਨੂੰ ਲੈ ਕੇ ਜਾ ਰਿਹਾ ਬਾਹਰ। ਓ ਮਾਈ ਗੋਡ। ਸੋ ਹੇ ਗਾਇਸ, ਵੈਲਕਮ ਟੂ ਮਿਸਟਰ ਮਿਸਿਸ ਨਰੂਲਾ ਯੂਟਿਊਬ ਚੈਨਲ। ਸੋ ਗਾਇਸ, ਅੱਜ ਦਾ ਵਲੋਗ ਹੈਗਾ ਕਿ ਮੈਂ ਜਾ ਰਹੀ ਹਾਂ ਅੱਜ ਆਪਦੇ ਪੇਕੇ ਦੁਆਰਾ, ਉਹਨਾਂ ਨੂੰ ਅੱਛੀ ਤਰ੍ਹਾਂ ਮਿਲਣ। ਉੱਦਣ ਤਾਂ ਆਪਾਂ ਸਿਰਫ ਥੋੜ੍ਹਾ ਜਿਹਾ ਮਿਲੇ ਸੀਗੇ, ਬਿਕੋਜ਼ ਕਾਹਲੀ ਸੀਗੀ ਕਿਉਂਕਿ ਇੱਧਰ ਵੀ ਆਉਣਾ ਸੀਗਾ ਅਤੇ ਇੱਧਰ ਵੀ ਅਸੀਂ ਸਾਰਿਆਂ ਨੂੰ ਸਰਪ੍ਰਾਈਜ਼ ਦੇਣਾ ਸੀਗਾ। ਸੋ ਮੈਨੂੰ ਸੀ ਜੇ ਉੱਧਰੋਂ ਕਿਸੇ ਨੇ ਦੱਸਤਾ ਇੱਧਰ ਤਾਂ ਵੀ ਔਖਾ ਹੋ ਜਾਣਾ, ਜੇ ਇੱਧਰੋਂ ਦੱਸਤਾ ਤਾਂ ਵੀ ਔਖਾ ਹੋ ਜਾਣਾ। ਸੋ ਅਸੀਂ ਸਾਰਾ ਕੁਛ ਬਹੁਤ ਕਾਹਲੀ ਕਾਹਲੀ 'ਚ ਕੀਤਾ ਸੀ ਅਤੇ ਹੁਣ ਅਸੀਂ ਅੱਜ ਫਾਈਨਲੀ ਦੁਬਾਰਾ ਜਾਣਾ ਅਤੇ ਮੈਂ ਉੱਥੇ ਦਾਦੂ ਨੂੰ ਵੀ ਨਹੀਂ ਮਿਲੀ ਸੀ, ਹੁਣ ਅੱਜ ਮੈਂ ਉਹਨਾਂ ਨੂੰ ਵੀ ਮਿਲੂੰਗੀ ਅਤੇ ਅੱਜ ਆਪਾਂ ਥੋੜ੍ਹਾ ਟਾਈਮ ਹੈਗੇ ਹਾਂ ਉੱਥੇ। ਗਰਮੀ ਕਰਕੇ ਮੇਰਾ ਕਿਤੇ ਵੀ ਰਾਤ ਰੁਕਣ ਨੂੰ ਜੀ ਨਹੀਂ ਕਰਦਾ। ਜੇ ਅਸੀਂ ਕਿਤੇ ਗਏ ਤਾਂ ਅਸੀਂ ਵੈਸੇ ਜਾਣਾ, ਸਾਡੇ ਫੈਮਿਲੀ ਟ੍ਰਿਪ ਆਉਣਗੇ ਹੁਣ ਅੱਗੇ, ਸੋ ਸਾਡੇ ਵਲੌਗਸ ਨੂੰ ਦੇਖਦੇ ਰਹਿਓ। ਤੁਹਾਨੂੰ ਸਭ ਨੂੰ ਪਤਾ ਕਿ ਗਰਮੀ ਵੱਧ ਰਹੀ ਹੈ, ਜੇ ਇੰਨੀ ਜ਼ਿਆਦਾ ਗਰਮੀ ਹੋਈ ਜਾਊਗੀ ਤਾਂ ਇਨ ਫਿਊਚਰ ਆਈ ਥਿੰਕ ਆਪਣੀ ਸਕਿਨ ਵੀ ਬਰਨ ਹੋਣੀ ਸਟਾਰਟ ਹੋ ਜਾਣੀ ਆ। ਤੁਸੀਂ ਸਾਰੇ ਜਣੇ ਆਪਦੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਪੇੜ ਲਾਓ, ਪੌਦੇ ਲਾਓ, ਤੇ ਘਰਾਂ ਦੇ ਵਿੱਚ ਬਾਹਰ ਵੀ ਜਿੱਥੇ ਵੀ, ਮਤਲਬ ਜਿੱਥੇ ਵੀ, ਬਟ ਸਾਰੇ ਜਣੇ ਜ਼ਰੂਰ ਦੋ ਦੋ ਤਿੰਨ ਤਿੰਨ ਪੌਦੇ ਜ਼ਰੂਰ ਲਾਓ, ਪੇੜ ਲਾਓ, ਤਾਂ ਕਿ ਆਪਾਂ ਆਪਦਾ ਇਨਵਾਇਰਮੈਂਟ ਬਚਾ ਸਕੀਏ, ਥੋੜ੍ਹਾ ਕਲਾਈਮੇਟ ਨੂੰ ਕੰਟਰੋਲ ਕਰ ਸਕੀਏ। ਅਤੇ ਬਾਕੀ ਹੁਣ ਮੇਰੇ ਕੋਲ ਹਜੇ ਤੱਕ ਸਿਮ ਨਹੀਂ ਹੈਗਾ, ਤਿੰਨ ਦਿਨ ਹੋ ਗਏ, ਤੀਜੇ ਦਿਨ ਚਾਰ ਦਿਨ, ਪਹਿਲੀ ਵਾਰ ਹੋਇਆ। ਹਾਂ, ਬਿਕੋਜ਼ ਉਹ ਸੈਮੀ ਤਾਂ ਲੇਟ ਆਏ ਸੀਗੇ ਅਤੇ ਇਹਨਾਂ ਨੇ ਆਪਦਾ ਰਖਵਾ ਲਿਆ ਸੀਗਾ। ਮੇਰਾ ਸਿਮ ਜਿਹੜਾ ਉਹ ਕਿਸੇ ਨੇ ਨਹੀਂ ਸੀ ਰੱਖਿਆ, ਬਿਕੋਜ਼ ਉਹ ਮੈਂ ਨਾਲ ਹੀ ਲੈ ਗਈ ਸੀ ਗਲਤੀ ਨਾਲ, ਅਤੇ ਹੁਣ ਮੈਂ ਅੱਜ ਜਾ ਕੇ ਸਿਮ ਲੈਣਾ। ਮੇਰੇ ਕੋਈ ਸਿਮ ਨਹੀਂ ਹੈਗਾ, ਤਿੰਨ ਦਿਨ ਹੋ ਗਏ। ਮੈਂ ਕਦੇ ਕਿਸੇ ਤੋਂ ਹੌਟਸਪੋਟ ਲੈਣੀ, ਕਦੇ ਕਿਸੇ ਤੋਂ ਗਰੀਬਾਂ ਵਾਂਗੂ। ਚਲੋ ਆਪਾਂ ਹੁਣ ਥੋੜ੍ਹੇ ਟਾਈਮ ਤੱਕ ਨਿਕਲਣਾ ਵਾ ਮੋਗੇ ਲਈ, ਉਦੋਂ ਪਹਿਲਾਂ ਸਿਮ ਲਵਾਂਗੇ ਅਤੇ ਫਿਰ ਜਾ ਕੇ ਆਪਾਂ ਸਾਰੀ ਫੈਮਿਲੀ ਨੂੰ ਮਿਲਦੇ ਹਾਂ। ਮਤਲਬ ਚਲਾ ਲੈਣੇ ਨੂੰ ਗੱਲ ਗਾਇਸ, ਮੈਂ ਹੁਣੇ ਅੱਗੇ ਬੈਠੀ ਸੀ, ਮੈਂ ਵਲੌਗ ਬਣਾਉਣ ਦਾ ਖਤਰਾ ਨਹੀਂ ਲੈ ਸਕੀ, ਡਰਾਈਵ ਕਰ ਰਹੇ ਸੀਗੇ, ਮੈਂ ਕਿਹਾ ਮੈਂ ਉਧਰ ਧਿਆਨ ਦੇ ਕੇ ਦੱਸਾਂ। ਨਹੀਂ ਉਹਦੇ ਮੂਹਰੇ ਉਹ ਕੋਈ ਖੜਾ ਤੁਰਦਾ ਬੰਦਾ, ਆ ਉਹ ਸੀਗਾ ਨੀਲੀ ਸ਼ਰਟ ਵਾਲਾ। ਦੇਖਿਆ ਬ੍ਰੋ, ਆਪਾਂ ਹਾਰਨ ਨਹੀਂ ਮਾਰਨਾ, ਬਿਕੋਜ਼ ਆਲਰੇਡੀ ਉੱਥੇ ਕੰਮ ਚੱਲਦਾ ਪਿਆ, ਹਾਰਨ ਮਾਰੀ ਤੂੰ ਅੱਗੇ ਜਾਊਗਾ ਨਹੀਂ, ਹਨਾ? ਬਿਲਕੁਲ ਸਹੀ ਕਿਹਾ। ਆਪਾਂ ਤੁਰ ਪਏ ਆ, ਆਪਾਂ ਤੁਰ ਪਏ ਜੀ ਮੋਗੇ ਨੂੰ। ਤੁਰ, ਤੁਸੀਂ ਤਾਂ ਗੱਡੀ ਚ ਬੈਠੇ ਹੋ। ਕੁਛ ਕਹਿ ਦੇ, ਕੀ ਕਹੇਗੀ? ਇੰਗਲਿਸ਼ ਚ ਗੱਲ ਕਰੀ, ਸੋਚੋ ਕੀ ਕਹਿ ਸਕਦੇ ਆ। ਤੂੰ ਕਹਿ ਦੇ ਤੁਹਾਡੀ ਲੋਟਰੀ ਨਿਕਲੀ ਆ,
ਚਲ 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 ਇਹਦੇ ਪਿੱਛੇ ਓਏ ਸਾਰੇ ਨੇ ਚੁੱਪ ਰਹਿ ਠੀਕ ਹੈ ਜਮਾ ਨਾ ਬੋਲਿਓ ਕਹਿਣਾ ਕਿ ਵੀ ਤੁਹਾਡੀ ਲੋਟਰੀ ਨਿਕਲੀ ਆ ਤੁਹਾਡਾ HDFC ਬੈਂਕ ਆ ਤੇ ਤੁਸੀਂ ਕਿਹੜੇ ਕਿੱਥੇ ਜਾ ਕੇ ਕਢਾ ਸਕਦੇ ਹੋ ਆਪਦੀ ਬ੍ਰਾਂਚ ਜਾ ਕੇ ਕਿ ਜਿੱਥੇ ਤੁਹਾਡਾ ਅਕਾਊਂਟ ਆ ਉੱਥੇ ਜਾ ਕੇ ਕਢਵਾ ਸਕਦੇ ਹੋ ਕਿੰਨੇ ਦੀ ਲੋਟਰੀ ਨਿਕਲੀ 1 ਕਰੋੜ 1 ਹਾਂ 50 ਲੱਖ ਤੁਸੀਂ ਨਾ ਬੋਲੋ ਗਾਇਸ ਥਿਸ ਇਜ਼ ਜਸਟ ਫॉर ਫਨ ਪਰਪਸ ਓਕੇ 0.5 ਤੇ ਬਣਾ ਰਹੇ ਹਾਂ ਜੀ ਚੁੱਪ 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 ਭਾਈ ਇੰਗਲਿਸ਼ ਚ ਗੱਲ ਕਰੀ ਆ ਗਈ ਕਾਲ ਹੀ ਮਿਲਣ ਹੋ ਗਈ ਮੈਂ ਦੁਆਰਾ ਸਿਮ ਆਉਂਦੀ ਹੈ ਬੇਤੀ ਕਰਾ ਦੇ ਕਾਲ 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 ਕਰਕੇ ਆਨ ਕਰਦੀ ਹਾਂ ਵੇਟ ਆਪਕੀ ਲੋਟਰੀ ਆਈ ਹੈ 50 ਲੱਖ ਰੁਪਏ ਕੀ ਬਤਾ ਸਕਦੇ ਹੈ ਲੋਟਰੀ ਨਿਕਲਵਾਣੇ ਕੇ ਲਿਏ ਆਪਕੋ ਲੋਟਰੀ ਨਹੀਂ ਚਾਹੀਏ ਹਮ ਕੈਂਸਲ ਕਰ ਦੇ ਫਿਰ ਬਾਬਾ ਤੁਸੀਂ ਲੋਟਰੀ ਕਿਉਂ ਨੀ ਲਿੱਤੀ ਦੇਖਿਓ ਬਲੌਗ ਹੀ ਨਾ ਕਰ ਦੇਣ ਮੇਰੇ ਮੰਮਾ ਦਾ ਫੋਨ ਤੇ ਲਾਵਾਂ ਕਿ ਕਪਿਲ ਨਰਦਾ ਜੀ ਕੀ ਲੋਟਰੀ ਆਈ ਉਹਨਾਂ ਨੇ ਲਈ ਕਪਿਲ ਨਰੂਲਾ ਜੀ ਕੀ ਲੋਟਰੀ ਆਈ ਹੈ ਵੋ ਫੋਨ ਨਹੀਂ ਉਠਾ ਰਹੇ ਹੈ ਉਨਕਾ 50 ਲੱਖ ਕਾ ਲੋਟਰੀ ਆਇਆ ਹੈ ਆਪ ਮੇਰੀ ਬਾਤ ਕਰਵਾ ਦੀਜੀਏ ਉਨਸੇ ਪਾਪਾ ਤੁਸੀਂ ਲੋਟਰੀ ਨਹੀਂ ਚਲੋ ਠੀਕ ਆ ਯਾਰ ਬਾਏ ਬਹੁਤ ਟਾਈਮ ਬਾਅਦ ਦੇਖਿਆ ਮੰਮੀ ਤੁਸੀਂ ਗੀਤਾ ਭਵਨ ਦੇ ਗੋਲੇ ਖਾਧੇ ਕਦੇ ਗੀਤਾ ਭਵਨ ਦੇ ਗੋਲੇ ਯਾਰ ਬਹੁਤ ਯਮੀ ਹੁੰਦੇ ਆ ਮੈਨੂੰ ਘਰੋਂ ਡਾਂਟ ਪੈਂਦੀ ਸੀ ਵੈਸੇ ਖਾਣ ਤੇ ਖਾਧੇ ਆ ਮੈਨੂੰ ਯਾਦ ਆ ਮੈਂ ਘਰੇ ਆਇਆ ਸੀਗਾ ਸਾਰੇ ਮੈਮ ਪਲੀਜ਼ ਗੇਟ ਖੋਲੋ ਚਡਿੰਗ 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 ਪਾਪਾ ਕਰੇ ਹੀ ਨੇ ਆਈ ਨੋ
ਮੈਨੂੰ ਪਾਪਾ ਤਾਂ ਪਹਿਲੇ ਹੀ ਫੋਨ ਆਏ ਕਹਿੰਦੇ ਹਾਂ ਮੇਰਾ ਪਲੀਜ਼ ਸਮਾਨ ਕੱਢ ਲਓ ਸੋ ਗਾਇਸ ਥਿਸ ਇਜ਼ ਮਾਈ ਗਰਾਜ ਮੇਰੇ ਘਰ ਦਾ ਗਰਾਜ ਨੰਨੇ ਹੁਣ ਦੱਸ ਅੱਜ ਸੋਹਣੇ ਬਣੇ ਹੋਏ ਹੋ I missed my home. ਸਾਡਾ ਗਰਾਜ ਸੀ ਗਾਇਸ ਵਿੱਚ ਵਿੱਚ ਮੈਂ ਤੁਹਾਨੂੰ ਥੋੜਾ ਥੋੜਾ ਮਿੰਨੀ ਹੋਮ ਟੂਰ ਜਿਹਾ ਦੇ ਦੂੰਗੀ ਆਹ ਸਾਡਾ ਵਿਹੜ ਆ ਇੱਥੇ ਪਹਿਲਾਂ ਵੱਡਾ ਸਾਰਾ ਪੇੜ ਹੁੰਦਾ ਸੀ ਜਦੋਂ ਮੈਂ ਛੋਟੀ ਸੀਗੀ ਹੈਨਾ ਯਾਦ ਹਾਂ ਇੱਥੇ ਬੇਰੀ ਹੁੰਦੀ ਸੀ ਵੱਡੀ ਸਾਰੀ ਤੇ ਆਹ ਹੁਣ ਸਾਰੀ ਸਾਡੇ ਸਬਜ਼ੀਆਂ ਫਰੂਟ ਵਗੈਰਾ ਸਭ ਲੱਗੇ ਹੋਏ ਏ ਟੂ ਜ਼ੈਡ ਉੱਥੇ ਜਨਰੇਟਰ ਵਾਲਾ ਕਮਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਫੇਰ ਆ ਗਈ ਆ ਇਹ ਫੇਰ ਆ ਗਈ ਇਹ ਮੇਰੀ ਛੋਟੀ ਭੈਣ ਆ ਬਟ ਹਾਈਟ ਚ ਮੇਰੇ ਤੋਂ ਲੰਬੀ ਆ ਗੁਰੀ ਦੱਸ ਤੂੰ ਅੱਛਾ ਇਹ ਸਾਡੇ ਘਰ ਦਾ ਸਭ ਤੋਂ ਪੜਾਕੂ ਬੱਚਾ ਆ ਹੈਨਾ ਕਾਹਦੀ ਤਿਆਰੀ ਕਰ ਰਹੀ ਆ ਦੱਸ ਦੇ ਸਾਰਿਆਂ ਨੂੰ ਓਕੇ ਸੋ ਗਾਇਸ ਇਹਨੇ ਸਾਰਾ ਕੁਛ ਆਪਦੇ ਇੱਦਾਂ ਹੀ ਪ੍ਰਿਪੇਅਰ ਕੀਤਾ ਹੋਇਆ ਮੈਂ ਉਹਨੂੰ ਪੁੱਛਿਆ ਸੀ ਬਾਹਰੋਂ ਕੀ ਚਾਹੀਦਾ ਗੈਸ ਕਰੋ ਇਹਨੇ ਕੀ ਮੰਗਿਆ ਹੋਣਾ ਦੱਸ ਗੁਰੀ ਕੀ ਮੰਗਿਆ ਸੀ ਤੇ ਮੈਂ ਇਹ ਬੁੱਕਸ ਲੈ ਕੇ ਵੀ ਆਈ ਹਾਂ ਠੀਕ ਹੈ ਮੈਂ ਥੋੜ੍ਹੀ ਦੇਰ 'ਚ ਦਿੰਦੀ ਹਾਂ ਬੁੱਕਸ ਆ ਜਾ ਹੈਲੋ ਦਾਦੀ ਠੀਕ ਹੋ ਠੀਕ ਹੋ ਕੋਈ ਨੀ ਠੀਕ ਹੋ ਜਾਣਾ ਹਾਂਜੀ ਵਧੀਆ ਹੁਣ ਬਹਿੰਦੇ ਨੀ ਤੁਸੀਂ ਬੈਠਿਆ ਨੀ ਜਾਂਦਾ ਹੁਣ ਹੁਣ ਨੀ ਬੈਠਿਆ ਜਾਂਦਾ ਨਹੀਂ ਮੈਂ ਤਾਂ ਸੋਚਿਆ ਸੀ ਮੈਂ ਦਾਦੀ ਬੈਠੂਗੀ ਮੈਂ ਦਾਦੀ ਨਾਲ ਸੋਹਣੀ ਜੀ ਫੋਟੋ ਖਿਚਾਉਂਗੀ ਹਿੱਲਣ ਚ ਦਰਦ ਹੁੰਦਾ ਅੱਛਾ ਫਿਰ ਮੈਂ ਇੱਦਾਂ ਖਿਚਾ ਲੂੰਗੀ ਠੀਕ ਹੈ ਚੀਜ਼ਾਂ ਬਾਏ ਕਰਨੀਆਂ ਨੇ ਤੁਸੀਂ ਆ ਸਕਦੇ ਹੋ ਸਤਨਾਮ ਔਰਗੈਨਿਕ ਗਾਰਡਨ ਐਂਡ ਫਾਰਮਿੰਗ ਮੋਗਾ ਸਾਰਾ ਕੁਛ ਦਿੱਤਾ ਹੋਇਆ ਆ ਤੇ ਬੈਕ ਸਾਈਡ ਡੀ ਐਮ ਕਾਲਜ ਗਰਾਊਂਡ ਨੀਅਰ ਪਰਵਾਨਾ ਨਗਰ ਨਿਊ ਮੰਦਿਰ ਮੋਗਾ ਸਾਰਾ ਐਡਰੈਸ ਦਿੱਤਾ ਹੋਇਆ ਆਹ ਵੀ ਹੈਗੇ ਆ ਪਿਆਜ਼ ਵੀ ਹੈਗੇ ਆ ਕੀ ਹੈਗਾ ਵਾ ਦੱਸੋ ਹੋਰ ਅੱਛਾ ਤੇ ਪਾਪਾ ਕਿੱਥੇ ਸਾਰਾ ਕੁਛ ਲੈ ਕੇ ਜਾਂਦੇ ਹੁੰਦੇ ਆ ਨੇਚਰ ਪਾਰਕ ਕੋਲੇ ਮੇਰੇ ਪਾਪਾ ਹੁੰਦੇ ਅਗਰ ਤੁਸੀਂ ਜਮਾ ਔਰਗੈਨਿਕ ਆ ਵਿਦਆਊਟ ਐਨੀ ਕੋਈ ਠੀਕ ਹੈ ਤੇ ਤੁਹਾਨੂੰ ਬਹੁਤ ਵਧੀਆ ਲੱਗੂਗੀਆਂ ਸਾਰੀਆਂ ਚੀਜ਼ਾਂ ਸੌਂਫ ਵੀ ਹੈਗੀ ਹੈ ਨਾ ਮੈਨੂੰ ਖੁਸ਼ਬੂ ਆਈ ਸੋਹਣੀ ਸੋਹਣੀ ਥੈਂਕ ਯੂ ਮੈਨੂੰ ਲੱਗਿਆ ਬੁੱਕ ਕਿਤੇ ਪਾਟ ਗਈ ਵੈਸੇ ਮੈਂ ਸਾਰਾ ਕੁਛ ਧਿਆਨ ਨਾਲ ਰੱਖਿਆ ਸਾਰਾ ਕੁਛ ਨਵਾਂ ਵਾ ਠੀਕ ਹੈ ਆਈ ਮੰਗੀ ਇੱਕ ਤੇਰੀ ਮਿਲੀ ਨਹੀਂ ਇੱਕ ਮੈਂ ਤੈਨੂੰ ਪਹਿਲਾਂ ਹੀ ਦੱਸਤਾ ਸੀਗਾ ਤੁਹਾਨੂੰ ਵੈਸੇ ਇਹ 'ਚ ਇਹ ਕਿੱਟ ਮੇਰੀ ਹੈ ਠੀਕ ਹੈ ਇਹਦੇ ਵਿੱਚ ਸਾਰੇ ਹੈ ਬਾਜੀ ਨੂੰ ਪੈੱਨ ਬਹੁਤ ਵਧੀਆ ਲੱਗਦੇ ਸੋ ਮੈਂ ਬਾਹਰ ਦੇ ਜਿੰਨੇ ਹਰ ਤਰ੍ਹਾਂ ਦੇ ਪੈੱਨ ਸੀ ਮੈਂ ਸਾਰੇ ਲੈ ਆਈ ਹਾਂਜੀ ਉੱਪਰਲੀ ਜੇਬ 'ਚ
ਹਾਂ ਬਸ ਠੀਕ ਹੈ। ਆਹ ਵਾਲੇ ਜਿਹੜੇ ਆ ਨਾ, ਜਿਹੜੇ ਆਹ ਵਾਲੇ ਆ, ਇਹ ਗਲਾਸ ਮਾਰਕਰ ਆ, ਜੇ ਕੱਚ ਕੱਚ ਦਾ ਸ਼ੀਸ਼ਾ ਉੱਤੇ ਲਿਖਣ ਨੂੰ ਆ ਇਹ। ਤੁਸੀਂ ਕਰੀਮ ਮੰਗਾਈ ਸੀ ਵਧੀਆ ਵਾਲੀ, ਮੈਂ ਸਪੈਸ਼ਲੀ ਏਅਰਪੋਰਟ ਤੋਂ ਲਈ। ਆਹ ਉਹ ਫੇਸ ਕਰੀਮ ਹੈ ਅਤੇ ਨੈਕ ਕਰੀਮ ਹੈ, ਇਹ ਬੋਡੀ ਕਰੀਮ ਹੈ। ਠੀਕ ਹੈ, ਇਹ ਮੈਂ ਛੋਟਾ ਸਾਈਜ਼ ਸੈਂਪਲ ਲਿਆ ਪਹਿਲਾਂ, ਉਹ ਟਰਾਈ ਕਰਿਓ। ਠੀਕ ਹੈ, ਆਹ ਤੁਹਾਡਾ ਲਈ, ਤੁਹਾਡੇ ਲਈ ਬੋਡੀ ਵਾਸ਼। ਇਹ ਪਾਪਾ ਦਾ, ਇਹ ਪਾਪਾ ਤਾਂ ਪਾਪਾ ਨੂੰ ਦੁਬਾਰਾ ਦਿਖਾਊਂਗੀ ਮੈਂ। ਠੀਕ ਹੈ, ਆਹ ਵੀ ਕਰੀਮ ਹੈ ਅਤੇ ਬਸ। ਹਾਂ, ਮੇਰੇ ਪਾਪਾ ਦਾ ਸ਼ੂ ਹੈ ਜੋ ਕਿ ਮੈਨੂੰ ਪਤਾ ਨਹੀਂ ਕਿੰਨੇ ਸਟੋਰ ਚੋਂ ਲੱਭਣ ਤੋਂ ਬਾਅਦ ਮਿਲਿਆ। ਸਾਈਜ਼ 13 ਨੰਬਰ ਇੰਡੀਆ ਦਾ, 13.5 13.5 ਇਹ ਪਿਛਲੀ ਵਾਰ ਮੈਂ 12 ਲਿਆਈ ਸੀ ਨਾ, ਛੋਟੇ ਵਿਚਾਰੇ ਉਹ ਵੀ ਪਾਉਂਦੇ ਰਹੇ ਹਨਾ। ਪਾਪਾ ਤੁਹਾਡੇ ਸ਼ੂਜ਼ ਤੋਂ ਵੱਡੇ ਲੱਗਦੇ ਮੈਨੂੰ ਦੇਖਣ ਨੂੰ ਹੀ। ਸੀ ਹੁਣ ਲੈ ਆ ਗਏ, ਖੁੱਲਾ ਲੱਗਦਾ ਮੈਨੂੰ ਸਗੋਂ ਦੀ ਜਮਾ ਸਹੀ ਹੈ। ਹਾਂ ਨਾਲੇ ਮੈਂ ਸੋਫਟ ਲਏ ਆ, ਪਾਪਾ ਤੁਰਦੇ ਹੋਵੇ ਹੁਣ ਅੰਦਰ ਨੂੰ। ਹਾਂ ਬਸ ਠੀਕ ਹੈ ਪਾਪਾ, ਤੁਹਾਡਾ ਬੋਡੀ ਵਾਸ਼ ਇਹਨੇ ਮੰਗਾਈਆਂ ਸੀ ਮੈਥੋਂ, ਇੱਕ ਨੀ ਮਿਲੀ ਜਿਹੜੀ ਇਹਨੇ ਮੰਗਾਈ ਸੀ ਉਹ ਮੈਨੂੰ ਕਿਤੋਂ ਨੀ ਮਿਲੀ। ਭੁੱਲ ਗਈ ਵੀ ਆਪਾਂ, ਤੁਸੀਂ ਕਿੰਨੇ ਵਜੇ ਜਾਂਦੇ ਹੁੰਦੇ ਹੋ ਤੇ ਕਿੰਨੇ ਵਜੇ ਉਦੋਂ ਬਾਅਦ ਕਿੱਥੇ ਜਾਂਦੇ ਹੋ ਸੇਲ ਕਰਨ? 5 ਵਜੇ ਨੀਵੇਂ ਪੁੱਲ ਕੋਲੇ ਰੋਜ਼, ਸੈਟਰਡੇ ਸੰਡੇ ਵੀ ਓਕੇ ਉਹ ਆਉਂਦੇ ਹੈਗੇ ਆ, ਜਿਵੇਂ ਮੰਡੇ ਫਰਾਈਡੇ, ਮੰਡੇ ਤੇ ਥਰਸਡੇ ਤੇ ਸੈਟਰਡੇ ਓਕੇ। ਆਪਾਂ ਹੈਗੇ ਆ ਦਿੱਲੀ ਵਾਲੇ, ਸੋ ਮੋਗੇ ਨੀਵੇਂ ਪੁੱਲ ਕੋਲੇ ਸੰਡੇ ਨੂੰ ਨਹੀਂ, ਅੱਛਾ ਮੰਡੇ ਟੂ ਸੈਟਰਡੇ 5 ਵਜੇ ਸ਼ਾਮੀ ਨੀਵੇਂ ਪੁੱਲ ਕੋਲੇ, ਸਤਨਾਮ ਔਰਗੈਨਿਕ ਬਸ ਫਾਰਮਿੰਗ, ਜੇ ਕਿਸੇ ਨੇ ਵੀ ਬਾਏ ਕਰਨੀ ਆ ਆ ਸਾਡਾ ਜਿਹੜਾ ਸਾਰਾ ਜੋ ਆਪਣੇ ਪ੍ਰੋਡਕਟ ਹੈ ਖੇਤ ਦਾ ਹੁੰਦਾ ਉਹ ਅਸੀਂ ਰੱਖਣਾ, ਕਿਸੇ ਦਾ ਹੋਰ ਪ੍ਰੋਡਕਟ ਨਹੀਂ ਚੱਕਣਾ ਨਹੀਂ। ਹਾਂ, ਜੋ ਸਾਡੇ ਖੇਤਾਂ ਦਾ ਆ ਸਿਰਫ ਉਹੀ ਰੱਖਦੇ ਆ, ਤੇ ਉਸ ਤੋਂ ਬਾਅਦ ਕਿੱਥੇ, ਜੇ 5 ਵਜੇ ਨੀਵੇਂ ਪੁੱਲ ਤੋਂ ਬਾਅਦ, ਨੀਵੇਂ ਪੁੱਲ ਤੇ 7:30 ਵਜੇ ਤੱਕ, ਉਸ ਤੋਂ ਬਾਅਦ 7:30 ਵਜੇ ਤੱਕ ਬਸ ਠੀਕ। ਹੌਲੀ ਹੌਲੀ ਆਪਾਂ ਫਿਰ ਖੇਤ ਦਾ ਬਣਾ ਲਾਂਗੇ ਸਾਰਾ ਸੈਟਅਪ। ਹਾਂ, ਉੱਥੇ ਐਕਚੁਅਲੀ ਆਪਾਂ ਨੂੰ ਸ਼ਹਿਰੀ ਕਨੈਕਸ਼ਨ ਲੈਣਾ ਪੈਣਾ ਬਿਜਲੀ ਦਾ, ਠੀਕ ਹੈ, ਉਸ ਤੋਂ ਬਾਅਦ ਸਾਰੇ ਪ੍ਰੋਸੈਸ ਸਟਾਰਟ ਹੋਣਾ ਬਸ ਠੀਕ। ਪ੍ਰੋਸੈਸਿੰਗ ਪਲਾਂਟ ਲਾ ਰਹੇ ਹਾਂ ਮੈਂ ਆਲਰੇਡੀ, ਵੈਸੇ ਮੈਂਗੋ ਫਰੂਟ ਵਾਲਾ ਨਹੀਂ ਤੇ ਜਿੰਨੇ ਆਪਣੇ ਹੋਰ ਫਰੂਟ ਲਾਏ ਹੈਗੇ ਆ, ਗਾਵਾ ਲਾਇਆ ਹੈਗਾ, ਤੇ ਆਪਾਂ ਉੱਥੇ ਪ੍ਰੋਸੈਸਿੰਗ ਪਲਾਂਟ ਦੇਖ ਕੇ ਆਉਂਗੇ ਸਾਰੇ, ਹੌਲੀ ਹੌਲੀ ਛੋਟਾ ਲਾ ਲਾਂਗੇ, ਉਹਦੇ ਵਿੱਚ ਆਪਾਂ ਫਿਰ ਔਰਗੈਨਿਕ ਜਿਹੜਾ ਜੂਸ ਕੱਢ ਕੇ
ਹੁਣ ਦੇਖਾਂਗੇ ਉਹਦੇ 'ਚ ਪਾਉਣਾ ਕੁਛ ਨਹੀਂ ਆਪਾਂ ਪ੍ਰਜ਼ਰਵੇਟਿਵ ਨਹੀਂ ਪਾਉਣਾ ਕੁਛ ਵੀ ਜਿਹਦੇ ਨਾਲ ਉਹਦੀ ਵਧਾਈ ਜਾਂਦੀ ਵੀ 6-6 ਮਹੀਨੇ ਰੱਖ ਲਓ ਉਹਦੀ ਵੈਲਿਡਿਟੀ ਹੋਊਗੀ 3-4 ਮਹੀਨੇ ਬੈਠੇ ਅਸੀਂ ਵੀ ਖਾਣਾ ਚਲੋ ਹੁਣ ਆਪਾਂ ਚਲਦੇ ਆ ਬੈਂਕ ਸਬਜ਼ੀਆਂ ਸਮਾਨ ਕੱਢਦੇ ਹੋਏ ਸਾਰੇ ਜਣੇ ਉੱਪਰਲਾ ਪੋਰਸ਼ਨ ਹੈ ਉੱਪਰ ਸਾਡੇ ਇੱਧਰ ਨਹੀਂ ਰੂਮ ਹੈਗਾ ਬਟ ਜਿਹੜੀ ਗਰਾਜ ਵਾਲੀ ਸਾਈਡ ਆ ਉਹਦੇ ਉੱਪਰ ਰੂਮ ਹੈਗਾ ਇੱਕ ਅਤੇ ਮੈਂ ਕਿਹਾ ਸੀ ਨਾ ਮੈਂ ਮਿੰਨੀ ਹੋਮ ਟੂਰ ਦਊਂਗੀ ਮੈਂ ਉਹ ਦਿਖਾ ਰਹੀ ਹਾਂ ਤਾਂ ਕਰਕੇ ਆਹ ਸਾਡਾ ਡਰਾਇੰਗ ਰੂਮ ਹੈ ਅਤੇ ਮੈਂ 0.5x 'ਤੇ ਕੀਤਾ ਹੋਇਆ ਫੋਨ ਵੀ ਅਤੇ ਆਹ ਵਾਲਾ ਗੈਸਟ ਰੂਮ ਹੈ ਸਾਡਾ ਮਤਲਬ ਮੇਰਾ ਤਾਂ ਸੀ ਇਹ 'ਚ ਵੀ ਏ ਸੀ ਔਨ ਕੀਤਾ ਹੋਇਆ ਬਟ ਮੰਮਾ ਨੂੰ ਪਤਾ ਨਹੀਂ ਵੀ ਅਸੀਂ ਰਹਿਣਾ ਨਹੀਂ ਹੈ ਮੈਂ ਵੀ ਪਤਾ ਆਹ ਦੇਖੋ ਤੁਹਾਨੂੰ ਫੋਟੋਜ਼ ਦਿਖਾਉਂਗੀ ਪੁਰਾਣੀਆਂ ਇਹਦੇ ਵਿੱਚ ਮੰਮਾ ਨੇ ਇੱਥੇ ਪਾਪਾ ਨਹੀਂ ਸੀ ਆਏ ਬਿਮਾਰ ਸੀਗੇ ਆਹ ਮੇਰੇ ਭੂਆ ਜੀ ਦੀ ਬੇਟੀ ਹੈ ਆਹ ਏਕਮ ਆਹ ਸਾਡੀ ਫੋਟੋ ਚਾਰਾਂ ਦੀ ਅਤੇ ਆਹ ਵੀ ਅਸੀਂ ਹੋ ਗਏ ਇਹਦੇ 'ਚ ਮੈਨੂੰ ਲੱਗਦਾ ਗੁਰੀ ਆ ਸ਼ਾਇਦ ਵਿੱਚੋਂ ਮੈਂ ਆਪਦੀ ਭੈਣ ਲੱਭਣੀ ਹੈ ਛੋਟੀ ਕੱਦ ਵੇਖ ਨਾ ਕੱਦ ਤੋਂ ਪਤਾ ਲੱਗਣਾ ਤੂੰ ਦੱਸੀ ਨਾ ਮੈਨੂੰ ਪਲੀਜ਼ ਆ ਸੀ ਗੁਰੀ ਹੈ ਨਾ ਤੂੰ ਕੋਈ ਹੋਰ ਲੱਭੀ ਜਾਂਦਾ ਮੈਨੂੰ ਲੱਗਦਾ ਮੇਰੇ ਮਾਮਾ ਪਾਪਾ ਦਾ ਅਤੇ ਇਹ ਕੰਮ ਅਤੇ ਉਹ ਰੂਮ ਛੋਟੀ ਸਿਸਟਰ ਦਾ ਮੈਂ ਦਿਖਾ ਚੁੱਕੀ ਹਾਂ ਉਹ ਦਾਦਾ ਦਾਦੀ ਦਾ ਵਾ ਅਤੇ ਇਹ ਵਾਲਾ ਮੇਰੇ ਬਾਜੀ ਦਾ ਜੋ ਕਿ ਮੇਰੇ ਦਾਦਾ ਜੀ ਦੇ ਰੀਅਲ ਬ੍ਰਦਰ ਨੇ ਅਤੇ ਇਹ ਐਕਸਟਰਾ ਵਾਸ਼ਰੂਮ ਆ ਹੁਣ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਬਾਹਰ ਓ ਮਾਈ ਗੋਡ ਬਹੁਤ ਗਰਮੀ ਹੈ ਇੱਥੇ ਇੱਧਰ ਕੀ ਪਿਆ ਹੁੰਦਾ ਜਨਰੇਟਰ ਅੱਛਾ ਜਨਰੇਟਰ ਇੱਥੇ ਤੇ ਉੱਥੇ ਕੀ ਪਿਆ ਫਿਰ ਇੱਧਰ ਉਹ ਗ੍ਰੇ ਵਾਲੇ ਚ ਉੱਧਰ ਉੱਧਰ ਸਿਲੰਡਰ ਆ ਸਿਲੰਡਰ ਵਗੈਰਾ ਪਿਆ ਸਮਾਨ ਪਿਆ ਤੇ ਉੱਧਰ ਡੀਜ਼ਲ ਪਿਆ ਡੀਜ਼ਲ ਕੈਨ ਪਿਆ ਔਰ ਟਰੈਕਟਰ ਵਾਸਤੇ ਹੈ ਨਾ ਓਕੇ ਗਾਇਜ਼ ਮੈਂ ਰੋਂਗ ਹੋ ਗਈ ਸੀ ਕਿਉਂਕਿ ਜਦੋਂ ਮੈਂ ਘਰੇ ਸੀ ਉਦੋਂ ਉੱਥੇ ਜਨਰੇਟਰ ਹੁੰਦਾ ਸੀ ਅਤੇ ਆਹ ਸਾਰੇ ਸਾਡੇ ਸਬਜ਼ੀਆਂ ਫਰੂਟ ਲੱਗੇ ਆਹ ਕੀ ਹੈ ਹੈ ਪਤਾ ਨਹੀਂ ਮੈਨੂੰ ਚੈਰੀਆਂ ਲੱਗ ਰਹੀਆਂ ਛੋਟੀਆਂ ਛੋਟੀਆਂ ਆਹ ਤਾਂ ਦੇ ਅਮਰੂਦ ਆ ਅਮਰੂਦ ਅਨਾਰ ਆਹ ਦੇ ਲਓ ਜੱਟਾਂ ਦਾ ਮੁੰਡਾ ਹੋ ਗਿਆ ਇਹ ਨਹੀਂ ਪਤਾ ਆਹ ਕੀ ਹੈ ਇਹ ਤਾਂ ਖਾ ਕੇ ਪਤਾ ਲੱਗੂ ਹੁਣ ਜਾਵੇ ਉਹ ਅਮਰੂਦ ਹੈ ਦਿਸ ਇਜ਼ ਅਮਰੂਦ ਇਹ ਤਾਂ ਪੱਤਿਆਂ ਦਾ ਪਤਾ ਲੱਗ ਆਹ ਕੀ ਹੈ ਕੀ ਲੱਗਦਾ ਪਤਾ ਨਹੀਂ ਇਦਾਂ ਦੇ ਉਹ ਲੱਗਿਆ ਫਰੂਟ ਚਾਹ ਤੇ ਇੱਧਰ ਵੀ ਸੇਮ ਚੀਜ਼ ਆ ਕਈ ਸਬਜ਼ੀਆਂ ਲੱਗੀਆਂ ਨੇ ਤੇ ਉਹ ਪੁਦੀਨਾ ਲੱਗਿਆ ਫਿਰ ਉਹ ਤਾਂ ਪੁਦੀਨਾ ਪਿਆ ਆਹ ਕਾਹਦਾ ਪੇੜ ਆ ਕਿੱਥੇ ਕੁਛ ਨਹੀਂ ਲੱਗਿਆ ਇਹ ਵੀ ਲੱਗਾ ਸੀਗਾ ਐਪਲ ਦਾ ਵੀ ਲਾਏ ਸੀ ਐਪਲ ਦਾ ਤਾਂ ਮੈਨੂੰ ਆਹ ਵਾਲਾ ਲੱਗ ਰਿਹਾ ਵਾ ਗਾਇਜ਼ ਆਹ ਦੇ ਲਓ ਇਹਨੂੰ ਘਰੇ ਰਹਿ ਕੇ ਇਹੀ ਨਹੀਂ ਪਤਾ ਬੇਰੀ ਵੀ ਲਾਈ ਸੀਗੀ ਇੱਥੇ ਬੇਰ ਲਾਏ ਹੋਏ ਆ ਉਹ ਰੋਜ਼ ਫਲਾਵਰ ਹੈ ਯੈਸ ਯੈਸ ਫਲਾਵਰ ਸਾਰਾ ਕੁਛ ਹੀ ਹੈ ਸੌਂਫ ਕਿੱਥੇ ਆ ਸਾਡਾ ਮੇਨ ਡੋਰ ਹੈ ਤੇ
ਆ ਐਕਸਟਰਾ ਵਾਸ਼ਰੂਮਸ ਨੇ, ਵਾਸ਼ਰੂਮ ਹੈਗੇ ਕਿ ਤੋੜਦੇ ਹੈਗੇ ਆ? ਓਕੇ ਠੀਕ ਹੈ, ਹੁਣ ਤੁਹਾਨੂੰ ਮੈਂ ਕਿਚਨ ਦਿਖਾਉਂਦੀ ਹਾਂ। ਹੈਲੋ ਦੀਦੀ, ਸਤਿ ਸ਼੍ਰੀ ਅਕਾਲ। ਮੈਨੂੰ ਲੱਗਿਆ ਤੁਸੀਂ ਘਰੇ ਆ ਨਹੀਂ, ਮੈਂ ਦੋ ਤਿੰਨ ਵਾਰੀ ਪੁੱਛਿਆ ਇਹ ਕੰਮ ਨੂੰ। ਇਹ ਸਾਡੀ ਕਿਚਨ ਹੈ ਮੰਮਾ, ਕਿੰਨਾ ਖਿਲਾਰਾ ਪਾਇਆ ਹੋਇਆ ਤੁਸੀਂ। ਹਾਏ ਹਾਏ, ਆ ਜੀਨ ਦੀ ਪੈਂਟ ਹੈ ਨਾ, ਹੈਨਾ? ਕਿਹਦੀ ਕੱਟੀ ਹੈ ਇਹ ਪੈਂਟ? ਓ ਇਹ ਚ ਖੇਤ ਵਾਲਿਆਂ ਦੀ ਉਹ ਜਾਂਦੀ ਆ ਹੈਨਾ, ਚਾਹ ਟੀ ਖੇਤ ਵਾਲਿਆਂ ਦੀ ਚਾਹ ਜਾਂਦੀ ਇਹ ਚ। ਇਹ ਐਕਸਟਰਾ ਜਿਹੜਾ ਹੁਣ ਬਾਹਰ ਵੀ ਕੰਸੈਪਟ ਹੈ ਨਾ, ਇਹੀ ਵੀ ਐਕਸਟਰਾ ਸਿੰਕ ਲਾਉਣ ਦਾ ਵੀ, ਜੇ ਖਿਲਾਰਾ ਪਿਆ ਤਾਂ ਇੱਧਰ ਪਵੇ। ਓਕੇ ਖਾਤੇ ਹੈ, ਰੋਟੀ ਖਾਣੀ ਸ਼ੁਰੂ ਕਰਤੀ ਹੋਈ ਨਾ ਜੀ, ਫਿਰ ਆਪਾਂ ਲੈ ਹੈ ਹੀ ਨੀ। ਸੈਮੀ ਕਿੱਧਰ ਗਏ? ਚਲੋ ਰੋਟੀ ਲੱਗ ਗਈ। ਕੀ ਖੇਡ ਰਹੇ ਭਾਬੀ? ਸੋਹੇ ਮੈਂ ਇੱਕ ਚੀਜ਼ ਦੱਸਦੀ ਸਾਰੇ, ਸੋਰੀ, ਜਿਹੜੀ ਐਵੇਂ ਦੀ ਤਾਸ਼ ਹੁੰਦੀ ਹੈ ਨਾ, ਐਵੇਂ ਦੀ ਜਿਹੜੇ ਕਈ ਜਾਦੂਗਰ ਜੇ ਯੂਜ਼ ਕਰਦੇ ਆ। ਦੇਖੋ ਤੁਸੀਂ ਆਹ ਸਾਈਨ ਦੇਖ ਰਹੇ ਹੋ ਇੱਥੇ ਧਿਆਨ ਨਾਲ, ਇਹ ਆਲੋ ਇੱਥੇ ਫਿੱਕਾ ਵਾ, ਇੱਥੇ ਇੱਕ ਜਗ੍ਹਾ ਗੂੜਾ, ਇਹ ਨਿਸ਼ਾਨੀ ਹੁੰਦੀ ਆ ਵੀ ਆਹ ਵਾਲਾ ਹੁਕਮ ਦਾ ਪੱਤਾ ਵਾ, ਠੀਕ ਹੈ? ਅਤੇ ਇਹ 'ਚੋਂ ਫੁੱਲ ਵੀ ਮਿਸਿੰਗ ਹੁੰਦਾ ਵਾ, ਆਹਦੇ ਜੇ ਆ, ਇਹਦਾ ਮਤਲਬ ਹੈ ਜੇ ਆ, ਇਹਦਾ ਮਤਲਬ ਕਿਊ ਹੋਊਗਾ ਇਹ, ਆਹ ਦੇਖੋ ਸੀ ਚਿੜੀਏ ਦਾ, ਅਤੇ ਇਹਦੇ 'ਚ ਵੀ ਆਹ ਮਿਸਿੰਗ ਆ ਜੇ, ਇਹਦਾ ਮਤਲਬ ਹੈ ਜੇ ਆ, ਇਹ ਵੀ ਇਹਦਾ ਉਤਲਾ ਮਿਸਿੰਗ ਆ, ਵੀ ਪਤਲਾ ਦੇਖੋ ਆਹ ਵੀ। ਸੋ ਜਾਦੂਗਰ ਜਿਹੜੇ ਉਹ ਇੱਦਾਂ ਕਰਦੇ ਆ ਸਾਰੇ, ਚੀਟਰ ਕੋਕੋ। ਮਿਲਿਆ ਤਾਂ ਯੱਕੇ ਵਾਲੇ ਨੂੰ ਆ, ਸਾਰੇ ਵੱਡੇ ਪੱਤੇ ਲੈ ਗਏ। ਮਿਲਿਆ ਤਾਂ ਯੱਕੇ ਕਮ ਸਾਡੇ ਨਾਲ ਜਾ ਰਿਹਾ ਆ, ਬਿਕੋਜ਼ ਅਸੀਂ ਜਿਹੜੇ ਵੀਰੇ ਦੇ ਬਰਥਡੇ ਪਾਰਟੀ ਤੇ ਵੀ ਜਾਣਾ ਵਾ ਅੱਗੇ ਚੰਡੀਗੜ੍ਹ ਪਟਕਲ ਨੂੰ, ਤੇ ਮੰਮਾ ਏਕਮ ਦੇ ਕੱਪੜੇ ਪੈਕ ਕਰ ਰਹੇ ਆ। ਮੰਮਾ ਇਹਦੀ ਪੱਗ ਕਿਹੜੀ ਲੈ ਕੇ ਜਾਣੀ ਹੈ ਨਾ? ਇੱਕੋ ਹੀ ਬਲੈਕ ਆ, ਕਿਹੜੀ ਕਿਹੜੀ ਸ਼ਰਟ ਰੱਖੀ ਆ? ਹਾਂ ਤੇ ਇਹਦੇ ਨਾਲ ਤਾਂ ਬਲੈਕ ਹੀ ਚੱਲਣੀ ਸੀ, ਇਹਨੇ ਹਜੇ ਤੱਕ ਰੈੱਡ ਪੱਗ ਨੀ ਨਾ ਬੰਨੀ। ਤੂੰ ਨਾ ਫਾਇਦਾ ਹੀ ਚੱਕਦੀ ਰਿਹਾ ਕਰ ਬਸ, ਚੱਲ ਚੱਲੀਏ ਬਾਏ ਕਰਦੇ, ਇਹਨੂੰ ਛੱਡ ਕੇ ਜਾਵਾਂਗੇ ਰਹਿਣ ਚਲੋ ਬਾਏ ਬਾਏ। ਆਟਾ